ਪਹਿਲੋਂ ਜਦੋਂ ਇਹ ਗੁਰਦੁਆਰਾ ਲਕੀਰ ਸਾਹਿਬ ਹੋਣ 'ਚ ਆਇਆ, ਪਹਿਲਾਂ ਇਹਦਾ ਇਤਿਹਾਸ ਜਿਹੜਾ ਵਾ ਉਹ ਇਹਨਾਂ ਦਾ ਜੋ ਸਾਬੋ ਕੀ ਤਲਵੰਡੀ ਦੇ ਵਿੱਚੋਂ ਇਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਤੋਂ ਬੇਅਬਦੀ ਜਿਹੜੀ ਹੋ ਰਹੀ ਸੀ ਉਸ ਸੰਬੰਧ ਦੇ ਵਿੱਚ ਬਾਬਾ ਜੀ ਇਸ ਜਦੋਂ ਸੁਣਿਆ ਕਿ ਉੱਥੇ ਹੋ ਰਹੀ ਬੇਅਬਦੀ ਹੋ ਰਹੀ ਆ, ਉਹਦੇ ਵਿੱਚ ਸਿੰਘਾਂ ਨੂੰ ਇਕੱਠੇ ਕਰਕੇ ਔਰ ਉਹਨਾਂ ਕੋਲ ਨਾ ਸਹਾਰਦੇ ਹੋਏ ਇਹ ਗੱਲ ਨੂੰ ਅਤੇ ਇੱਥੇ ਆਣ ਕੇ ਗੁਰਦੁਆਰਾ ਲਕੀਰ ਸਾਹਿਬ ਉਹਨਾਂ ਨੇ ਨੀਂਹ ਜਿਹੜੀ ਲਕੀਰ ਖਿੱਚੀ ਸੀ ਇਸ ਸੰਬੰਧ ਦੇ ਵਿੱਚ ਔਰ ਇਸ ਦਰਬਾਰ ਸਾਹਿਬ ਦੀ ਬਹਾਲੀ ਵਾਸਤੇ ਉਹਦੀ ਮਤਲਬ ਜਿਹੜੇ ਬੇਅਬਦੀ ਨੂੰ ਨਾ ਸਿਹਾਰਦੇ ਹੋਏ ਇੱਥੋਂ ਉਹ ਰਵਾਨਾ ਹੋ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਰਸਤੇ ਦੇ ਵਿੱਚ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਉਹ ਵਰਲਡ ਦੇ ਵਿੱਚ ਇਕੱਲੇ ਹੀ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਹੋਣੀ ਨੂੰ ਵੰਗਾਰ ਕੇ ਅਤੇ ਉੱਥੋਂ ਸੀਸ ਤਲੀ 'ਤੇ ਚੜ ਰੱਖ ਕੇ ਅਤੇ ਇਹਨਾਂ ਉੱਥੇ ਦਰਬਾਰ ਸਾਹਿਬ ਪਹੁੰਚੇ ਸੀ ਔਰ ਅੱਜ ਉੱਥੇ ਕਰੋੜਾਂ ਹੀ ਸੰਗਤਾਂ ਅਰਬਾਂ ਹੀ ਸੰਗਤਾਂ ਜਿਹੜੀਆਂ ਨਕਮਸ ਹੁੰਦੀਆਂ ਨੇ। ਇਹ ਉਹ ਅਸਥਾਨ ਆ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪ ਆਣ ਕੇ ਲਕੀਰ ਖਿੱਚੀ ਸੀ। ਅੱਜ ਉਸ ਸੰਬੰਧ ਦੇ ਵਿੱਚ ਨਗਰ ਕੀਰਤਨ ਹਰ ਸਾਲ ਜਿਹੜਾ ਉਹ ਅਸੀਂ ਕੱਢਦੇ ਹਾਂ ਸ਼ਹਿਰ ਦੇ ਵਿੱਚ, ਉਹਦੇ ਵਿੱਚ ਅਸੀਂ ਤਕਰੀਬਨ 25 ਪਾਠ ਜਿਹੜੇ ਦੋ ਹਿੱਸਿਆਂ ਦੇ ਵਿੱਚ ਕਰਾਏ ਆ, 13 ਦੇ ਕੱਲ੍ਹ ਭੋਗ ਪਏ ਆ ਔਰ 12 ਪਾਠ ਜਿਹੜੇ ਕੱਲ੍ਹ ਦੇ ਫੇਰ ਖਾਏ ਉਹਦੇ ਕੱਲ੍ਹ ਭੋਗ ਪੈਣਗੇ ਔਰ ਉਹ ਤੋਂ ਬਾਅਦ ਸ਼ਾਮੀ ਆਪਣਾ ਕੀਰਤਨ ਦਰਬਾਰ ਔਰ ਕਥਾ ਵਾਚਕ ਉੱਚ ਕੋਟੀ ਦੇ ਪਹੁੰਚ ਰਹੇ ਆ। ਲੰਗਰ ਦਾ ਬਹੁਤ ਵੱਡਾ ਇੰਤਜ਼ਾਮ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਸੰਗਤ ਜਿਹੜੀ ਆ ਬਹੁਤ ਹੀ ਹੋਮੋ ਹੁਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਔਰ ਬਹੁਤ ਵੱਡਾ ਸਾਥ ਦਿੰਦੇ ਆ ਮਹਾਰਾਜ ਦੀ ਕਿਰਪਾ। 15 ਸਾਲ ਤੋਂ ਇਹ ਜਿਹੜੀ ਸੇਵਾ ਵਾ ਇਹ ਪਰਮਾਤਮਾ ਨੇ ਦਾਸ ਨੂੰ ਦਿੱਤੀ ਆ ਔਰ 15 ਸਾਲਾਂ ਦੇ ਵਿੱਚ ਜਿਹੜਾ ਇਹਦਾ ਵਿਸਤਾਰ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਮਹਾਰਾਜ ਨੇ ਕਰਵਾਇਆ, ਆਪ ਕਰਾਇਆ ਔਰ ਸੰਗਤ ਜਿਹੜੀ ਆ ਅੱਗੇ ਨਾਲੋਂ ਤਕਰੀਬਨ ਮਤਲਬ 50 ਗੁਣਾ ਵੱਧ ਜਿਹੜੀ ਸੰਗਤ ਆ ਉਹ ਇੱਥੇ ਨਕਮਸ ਹੁੰਦੀ ਆ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਇੱਥੋਂ ਆਸਾਂ ਮੁਰਾਦਾਂ ਪੂਰੀਆਂ ਜਿਹੜੀਆਂ ਉਹ ਮਹਾਰਾਜ ਕਰਦਾ ਔਰ ਸੰਗਤ ਦਾ ਰੁਝਾਨ ਜਿਹੜਾ ਉਹ ਪਹਿਲਾਂ ਨਾਲੋਂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਧਿਆ।